ਮੇਰੇ ਦਾਦਾ ਜੀ ਦੀ ਹੁਣ ਉਹਨਾਂ ਨੇ ਹੱਤਿਆ ਕਰ ਦਿੱਤੀ ਗਈ ਹੈ, ਉਹਨਾਂ ਦੇ ਬੇਟੇ ਵੱਲੋਂ ਹੀ ਇਹੋ ਜਿਹਾ ਬੇਟਾ ਨਾ ਹੀ ਹੁੰਦਾ ਜੀ। ਇਹ ਤੇ ਮਤਲਬ ਇਹ ਬੇਟੇ ਨੂੰ ਹੱਤਿਆ ਕਰਤੀ, ਉਹ ਤੇ ਬੋਲਦੇ ਵੀ ਨਹੀਂ ਸੀ, ਉਹ ਤੇ ਕਿਸੇ ਨੂੰ ਗਾਲ ਤੱਕ ਨਹੀਂ ਕੱਢਦੇ, ਉਹ ਤੇ ਇੰਨੇ ਕੰਮ ਹੀ ਅੱਜ ਤੱਕ ਉਹਨਾਂ ਨੇ ਗਾਲ ਤੱਕ ਨਹੀਂ ਕਿਸੇ ਨੂੰ ਕੱਢੀ, ਉਹ ਤੇ ਉਹ ਵੀ ਸਮਝਾਉਂਦੇ ਰਹਿ ਇਹਨੂੰ ਸਮਝਾਉਣ ਹੀ ਗਏ ਇਹਨੂੰ ਕਿ ਮੈਂ ਕਰ ਦਿੰਦੇ ਸਾਡੀ ਗਲਤੀ ਹੋਣੀ ਆ ਤੂੰ ਮਾਫ ਕਰਦੀ ਆ, ਉਹ ਤੇ ਸਮਝਾਉਣ ਹੀ ਗਿਆ ਤੇ ਇਹਨੇ ਗੋਲੀਆਂ ਮਾਰਤੀਆਂ, ਗੋਲੀਆਂ ਮਾਰ ਕੇ ਮਾਰਤਾ ਮੇਰੇ ਦਾਦੇ ਨੂੰ। ਅੱਜ ਕੱਲ੍ਹ ਖੂਨ ਦੇ ਰਿਸ਼ਤੇ ਪਾਣੀ ਨਾਲੋਂ ਵੀ ਪਤਲੇ ਹੋ ਗਏ ਨੇ, ਕਿਉਂਕਿ ਆਏ ਦਿਨ ਹੀ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਜੋ ਇਹਨਾਂ ਰਿਸ਼ਤਿਆਂ ਨੂੰ ਤਾਰ ਤਾਰ ਕਰਦਾ ਹੈ। ਹੁਣ ਜੋ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਉਸ ਨੂੰ ਸੁਣ ਕੇ ਤੁਹਾਡੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਜਾਵੇਗੀ। ਦਰਅਸਲ ਇੱਕ ਪੁੱਤ ਦੇ ਵੱਲੋਂ ਆਪਣੇ ਹੀ ਸਕੇ ਪਿਓ ਦਾ ਕਤਲ ਕੀਤਾ ਗਿਆ ਹੈ, ਅਤੇ ਉਹ ਵੀ ਜ਼ਮੀਨ ਦੇ ਇੱਕ ਛੋਟੇ ਜਿਹੇ ਟੁਕੜੇ ਨੂੰ ਲੈ ਕੇ। ਇਹ ਮਾਮਲਾ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਕੋਟ ਧਰਮਚੰਦ ਤੋਂ ਸਾਹਮਣੇ ਆਇਆ ਹੈ, ਜਿੱਥੇ ਬੁੱਧਵਾਰ ਸਵੇਰੇ ਕਲਯੁਗੀ ਪੁੱਤ ਨੇ ਆਪਣੇ ਪਿਤਾ ਦੇ ਸਿਰ 'ਚ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦਾ ਸਾਂਝੀ ਥਾਂ 'ਤੇ ਰੂੜੀ ਸਿੱਟਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਇਸ ਮਸਲੇ ਦਾ ਕਾਰਨ ਬਣਿਆ ਹੈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਹੋਰ ਕੀ ਕਿਹਾ, ਆਓ ਸੁਣਦੇ ਹਾਂ। ਮੇਰੇ ਨਾਲ ਪ੍ਰਿੰਸਪ੍ਰੀਤ ਆ ਜੀ, ਮੇਰੇ ਦਾਦਾ ਜੀ ਦੀ ਹੁਣ ਉਹਨਾਂ ਨੇ ਹੱਤਿਆ ਕਰ ਦਿੱਤੀ ਗਈ ਹੈ, ਉਹਨਾਂ ਦੇ ਬੇਟੇ ਵੱਲੋਂ ਹੀ ਇਹੋ ਜਿਹਾ ਬੇਟਾ ਨਾ ਹੀ ਹੁੰਦਾ ਜੀ। ਇਹ ਤੇ ਮਤਲਬ ਇਹ ਬੇਟੇ ਨੂੰ ਹੱਤਿਆ ਕਰਤੀ, ਉਹ ਤੇ ਬੋਲਦੇ ਵੀ ਨਹੀਂ ਸੀ, ਉਹ ਤੇ ਕਿਸੇ ਨੂੰ ਗਾਲ ਤੱਕ ਨਹੀਂ ਕੱਢਦੇ, ਉਹ ਤੇ ਇੰਨੇ ਕੰਮ ਹੀ ਅੱਜ ਤੱਕ ਉਹਨਾਂ ਨੇ ਗਾਲ ਤੱਕ ਨਹੀਂ ਕਿਸੇ ਨੂੰ ਕੱਢੀ, ਉਹ ਤੇ ਉਹ ਵੀ ਸਮਝਾਉਂਦੇ ਰਹਿ ਇਹਨੂੰ ਸਮਝਾਉਣ ਹੀ ਗਏ ਇਹਨੂੰ ਕਿ ਮੈਂ ਕਰ ਦਿੰਦੇ ਸਾਡੀ ਗਲਤੀ ਹੋਣੀ ਆ ਤੂੰ ਮਾਫ ਕਰਦੀ ਆ, ਉਹ ਤੇ ਸਮਝਾਉਣ ਹੀ ਗਿਆ ਤੇ ਇਹਨੇ ਗੋਲੀਆਂ ਮਾਰਤੀਆਂ, ਗੋਲੀਆਂ ਮਾਰ ਕੇ ਮਾਰਤਾ ਮੇਰੇ ਦਾਦੇ ਨੂੰ ਸਿਰ 'ਚ ਹੀ ਗੋਲੀਆਂ ਮਾਰਤੀਆਂ ਉਹਦੇ। ਇਹੀ ਚਾਹੁੰਦਾ ਕਿ ਇਹਨੂੰ ਸਜ਼ਾ ਹੋਣੀ ਚਾਹੀਦੀ, ਇਹਨੂੰ ਪੰਛੀ ਦੀ ਸਜ਼ਾ ਤੋਂ ਘੱਟ ਹੋਵੇ ਨਾ, ਆਪਣੇ ਦਾਦੇ ਨੂੰ ਮੇਰੇ ਦਾਦੇ ਨੂੰ ਮਾਰਿਆ ਇਹਨੇ, ਆਪਣੇ ਪਿਓ ਨੂੰ ਮਾਰਤਾ ਇਹਨੇ, ਇਹੋ ਜਿਹਾ ਪੁੱਤ ਵੇਖ ਲਓ ਤੁਸੀਂ। ਮੈਂ ਤਾਂ ਪੁੱਤ ਅੰਦਰ ਪਈ ਹਾਂ, ਮੇਰਾ ਤਾਂ ਚੂਹਾ ਟੁੱਟਾ ਅੰਦਰ ਮੰਜੇ ਤੇ ਮੈਂ ਪਈ ਰਹੀ ਸਾਰੀ ਦਿਹਾੜੀ, ਬਾਹਰ ਹੀ ਇਹਨਾਂ ਦੀ ਤੂੰ ਤੂੰ ਮੈਂ ਹੋਈ ਇਹ ਗੁਣੀ ਮੁੰਡਾ ਮਹਤਾਬ ਗੋਹਾ ਲੈ ਕੇ ਗਿਆ, ਉੱਥੇ ਇਹਦੀ ਰੌਲਾ ਜਿਹਾ ਪਿਆ, ਇਹਦੀ ਘਰ ਵਾਲੀ ਗਈ ਆ, ਉੱਥੇ ਗੁਣੀਆਂ ਦੇ ਫਸਾਉ ਲੈ ਕੇ ਮਗਰ ਗਿਆ। ਮੈਂ ਤਾਂ ਅੰਦਰੇ ਪਈ, ਮੈਂ ਨੀ ਉੱਠੀ, ਨਾ ਮੈਨੂੰ ਪਤਾ, ਇਹ ਆਈ ਆ ਨਿੱਕੀ ਮੇਰੀ ਨੂੰਹ ਇੱਥੇ, ਤੇ ਮੈਂ ਅੰਦਰੇ ਪਈ ਲੈ ਕੇ ਆਉਂਦੀ ਮੈਨੂੰ ਬੀਬੀ ਉਹ ਫਸਾਉ ਲੈ ਕੇ ਮੇਰੇ ਮਗਰ ਗਿਆ। ਮੈਂ ਤੁਸੀਂ ਆ ਜਾਓ ਕੋਈ ਨੀ ਗਿਆ, ਤੇ ਫਿਰ ਤੂੰ ਆਖ ਦੇ ਰਹੀ ਆ, ਮੈਂ ਕਿਹਾ ਤੂੰ ਮੁੜ ਕੇ ਆਖ ਦੇ ਨੀ ਬੀਬੀ ਵੀਡੀਓ ਬਣਵਾਉਂਦੀ ਆ, ਇਹਨੂੰ ਮੈਂ ਨੀ ਗਾੜੀ ਆ, ਤੇ ਮੈਂ ਕਿਹਾ ਕੋਈ ਨੀ ਅੰਦਰ ਆ ਜਾਓ ਕੋਈ ਨੀ ਗਿਆ। ਤੇ ਮੈਂ ਹੌਸਲਾ ਕੀਤਾ ਕਰਕੇ ਮੈਂ ਖੁੱਲੀ ਪੜ ਕੇ ਮੈਂ ਉੱਠਦੀ ਹਾਂ, ਕਹਿੰਦੀ ਜੇ ਬੂਹੇ ਜਾਊ ਵੀ ਬਹੁਤ ਸਬਰ ਕਰ ਕੋਈ ਨੀ, ਉਹ ਜਾਣੇ ਜੇ ਤੇ ਰੂੜੀ ਗਾਂਹ ਪਛਾਣ ਨੇ ਸੁੱਟ ਲਈ ਆ ਤੇ ਕੋਈ ਨੀ ਆਪੇ ਕਈ ਨਾ ਪਛਾਣ ਕਰ ਦੇ। ਮੈਨੂੰ ਨੀ ਮੁੜ ਕੇ ਪਤਾ ਵੀ ਕੀ ਬਣਿਆ, ਫੇਰ ਇਹ ਰੌਲਾ ਪੈ ਗਿਆ, ਫੇਰ ਇਹ ਸਰਦਾਰ ਤਾਂ ਦੁੱਧ ਲੈ ਕੇ ਗਿਆ ਸਾਡੇ, ਤੇ ਉੱਥੋਂ ਮਿੰਟੋ ਮਿੰਟੀ ਦੁੱਧ ਪਾ ਕੇ ਆ ਗਿਆ, ਅੰਦਰੋਂ ਕਾਪੀ ਫੜੀ ਫਰਿੱਜ ਤੋਂ ਤੇ ਦੁੱਧ ਪਾਉਣ ਗਿਆ, ਛੇਤੀ ਇਹ ਦੁੱਧ ਪਾ ਕੇ ਆ ਗਿਆ, ਇਹ ਫੇਰ ਰੌਲਾ ਪੈਣ ਡਿਆ ਪਿਆ ਬੂਹੇ ਦੇ ਵਿੱਚ। ਮੈਂ ਨੀ ਵੇਖਿਆ ਉੱਠ ਕੇ ਵੀ ਰੌਲਾ ਪੈਂਦਾ ਕੀ ਹੁੰਦਾ, ਇਹ ਸਾਡਾ ਮੁੰਡਾ ਇੱਕ ਲਾਗੇ ਸਾਡੇ, ਉਹ ਐਂ ਕਰਕੇ ਘੇਰਦਾ ਐਂ ਕਰਕੇ ਇਹਨਾਂ ਨੇ, ਇਹ ਬੂਹੇ ਦੇ ਵਿੱਚ ਉਹਦੀ ਘਰ ਵਾਲੀ ਖੁਣੀਆਂ ਦੇ ਰੌਲਾ ਪਾਉਂਦੀ ਵੀ ਮਾਰ ਕੇ ਨਿਕਲਣਾ, ਅਸੀਂ ਸਾਰੇ ਮਾਰ ਕੇ ਹੀ ਜਾਣਾ। ਮੈਂ ਨੀ ਸੁਣ, ਮੈਂ ਐਵੇਂ ਆਖਾਂ ਇਹ ਤਾਂ ਮੁੰਡੇ ਨਿੱਕੇ ਨਾਲ ਉੜੇ ਭੇੜੇ ਪਿੰਡ ਡੇ ਹੀ ਹੈ, ਇਹਨਾਂ ਦੱਸਿਆ ਮੈਨੂੰ, ਮੈਂ ਤਾਂ ਸੁਣਿਆ ਨੀ, ਮੈਂ ਕਿਉਂ ਆਖਾਂ। ਉਹ ਮੁੜ ਕੇ ਮੈਂ ਜਦੋਂ ਆਈ ਆ ਨਾ ਉੱਥੇ ਨਿਕਲੀ ਆ, ਤੇ ਇਹ ਉੱਥੇ ਆ ਤਾਂ ਉਹਨੂੰ 6 ਗੋਲੀਆਂ ਖੁਣੀਆਂ ਦੇ ਮਾਰੀਆਂ ਸਿਰ ਦੇ ਵਿੱਚ, ਉਹ ਕਿਤੇ ਗਿਆ ਭਾਈ, ਤੂੰ ਉਹਨੂੰ ਆਖਣ ਵੀ ਚੱਲ ਅਸੀਂ ਰੂੜੀ ਕਰ ਦਿੰਦੇ ਪਿਛਾਂ, ਪਤਾ ਨੀ ਕੀ ਆਖਣ ਗਿਆ ਤੇ ਕੀ ਨਹੀਂ ਆਖਣ ਗਿਆ। ਉਹ ਬੂਹੇ ਚ ਗਿਆ ਤੇ ਉੱਥੇ ਹੀ ਉਹਨੇ ਮਾਰ ਕੇ ਗੋਲੀਆਂ 6 ਤੇ ਉਹਦਾ ਨਾ ਕਰਤਾ, ਉਹਨੂੰ ਤੇਰੀ ਲਾਤਾ। ਮੈਂ ਨੀ ਵੇਖਿਆ, ਮੈਂ ਮੁੜ ਕੇ ਆਂਦੀ ਹਾਏ ਪਾਪਾ ਮਾਰਤਾ, ਹਾਏ ਪਾਪਾ ਮਾਰਤਾ, ਇਹ ਡੈ ਪੇ ਕਰਨ ਨਿਆਣੇ ਜਾ 6 ਗੁਣੀਆਂ ਦੇ ਮਾਰ, 6 ਭਰਦਾ 6 ਹੀ ਆਉਂਦਾ ਸੀ, ਮੈਂ ਮਾਰਨੀਆਂ 6 ਹੀ ਗੁਣੀ ਮਾਰੀਆਂ, ਫਿਰ ਹੀ ਖੱਖੜੀਆਂ ਹੋਇਆ ਪਿਆ ਹੁਣ ਢੇਡ ਢਾਡ ਚ, ਇਹਨਾਂ ਵੇਖਿਆ ਪਤਾ ਨੀ, ਅਜੇ ਹੋਣਾ ਵੇਖਿਆ ਪਤਾ ਨੀ, ਮੈਂ ਤਾਂ ਵੇਖਿਆ ਨੀ ਗਾਹ ਕਿ ਕਿੰਨੀਆਂ ਮਾਰੀਆਂ, 6 ਸਿਰ ਹੀ ਉੱਡਿਆ ਸੀ ਉਹਦਾ ਸਾਰਾ, ਘਿਓਏ ਢੇਰ ਲੱਗਾ ਤੇ ਚੈਰਵੀ ਦਾ ਖੂਨ ਦਾ ਸਾਰਾ। ਉੱਥੇ ਹੀ ਇਸ ਮਾਮਲੇ ਬਾਰੇ ਬੋਲਦਿਆਂ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ, ਆਓ ਉਹ ਵੀ ਸੁਣਦੇ ਹਾਂ। ਆਪਣਾ ਰਘਵੀਰ ਸਿੰਘ ਸਨ ਆਫ ਸੁਲੱਖਣ ਸਿੰਘ, ਉਹਦਾ ਬੇਟਾ ਸੀ ਮਹਿਤਾਬ ਸਿੰਘ, ਜਿਹੜੇ ਆਪਸ ਵਿੱਚ ਜਿਹੜਾ ਰਘਵੀਰ ਸੀ, ਰਘਵੀਰ ਨੇ ਉਹਨਾਂ ਨੂੰ ਆਪਣਾ ਉੱਥੇ ਰੂੜੀ ਦੇ ਸੰਬੰਧ ਵਿੱਚ ਇਹਨਾਂ ਦੀ ਆਪਸ ਵਿੱਚ ਕੋਈ ਬਹਿਸ ਹੋਈ ਹੈ ਕਿ ਉਹਨਾਂ ਰੂੜੀ ਸੁੱਟਣ ਜਾਣ ਦਾ ਸੀ, ਜਿਹਦੇ ਵਿੱਚ ਉਹਨਾਂ ਨੇ ਉਹਨੂੰ ਡੱਕਿਆ ਵਾ, ਅਤੇ ਜਿਹਦੇ ਵਿੱਚ ਜਿਹੜਾ ਉਹਨਾਂ ਦਾ ਬੇਟਾ ਸੀ ਦਿਲਬਾਗ ਸਿੰਘ, ਉਹਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਉਹਨਾਂ ਦੇ ਸਿਰ ਦੇ ਵਿੱਚ, ਜਿਨ੍ਹਾਂ ਦੀ ਮੌਕੇ 'ਤੇ ਡੈਥ ਹੋ ਗਈ ਹੈ, ਜਿਨ੍ਹਾਂ ਦੀ ਹੁਣ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ, ਅੱਗੇ ਜੋ ਵੀ ਉਹ ਸਟੇਟਮੈਂਟ ਲਿਖਾਉਣਗੇ ਉਹਦੇ ਮੁਤਾਬਕ ਅਸੀਂ FIR ਦਰਜ ਕਰ ਲਵਾਂਗੇ। ਦੋਸ਼ੀ ਅਜੇ ਫਰਾਰ ਆ ਜੀ।
दो फैर दसते जी घर वाले जी, एक उन्होंने सिर च लगे जी, एक फैर दो फैर हुए फादर साहब ने, फादर साहब की डेथ हो गई। तरन तारन तो बलजीत सिंह की रिपोर्ट, रंगला टीवी।